ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਅੱਜ ਦੀ ਹੜਤਾਲ ਦੀ। ਜੀ ਹਾਂ, ਇਸ ਦੇ ਨਾਲ ਜੁੜੀ ਇੱਕ ਵੱਡੀ ਖਬਰ ਹੈ। ਅੱਜ ਤੋਂ ਸਰਕਾਰੀ ਡਾਕਟਰ ਹੜਤਾਲ ਤੇ ਰਹਿਣਗੇ। ਸਵੇਰੇ 8 ਵਜੇ ਤੋਂ 11 ਵਜੇ ਤੱਕ OPD ਸੇਵਾਵਾਂ ਬੰਦ ਰਹਿਣਗੀਆਂ। ਸੋ ਦੱਸ ਦਈਏ ਕਿ ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਹੜਤਾਲ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਸਵੇਰੇ 8 ਵਜੇ ਤੋਂ 11 ਵਜੇ ਤੱਕ OPD ਸੇਵਾਵਾਂ ਬੰਦ ਰਹਿਣਗੀਆਂ। ਅੱਜ ਤੋਂ ਸਰਕਾਰੀ ਡਾਕਟਰ ਹੜਤਾਲ ਤੇ ਜਾਣ ਦਾ ਉਹਨਾਂ ਨੇ ਫੈਸਲਾ ਕੀਤਾ। 3 ਦਿਨਾਂ ਤੱਕ ਪੜਾਵਾਰ ਇੱਥੇ ਇਹ ਹੜਤਾਲ ਕੀਤੀ ਜਾਏਗੀ। ਸਵੇਰੇ 8 ਤੋਂ 11 ਵਜੇ ਤੱਕ OPD ਸੇਵਾਵਾਂ ਬੰਦ ਰਹਿਣਗੀਆਂ। ਮੀਟਿੰਗ ਦੌਰਾਨ PCMS ਐਸੋਸੀਏਸ਼ਨ ਨੇ ਇੱਥੇ ਫੈਸਲਾ ਕੀਤਾ ਹੈ। 11 ਸਤੰਬਰ ਨੂੰ ਸਰਕਾਰ ਦੇ ਨਾਲ ਮੀਟਿੰਗ ਕਰਾਂਗੇ। PCMS ਐਸੋਸੀਏਸ਼ਨ ਵੱਲੋਂ ਐਲਾਨ ਕੀਤਾ ਗਿਆ। ਜੇ ਮੀਟਿੰਗ ਬੇਸਿੱਟਾ ਰਹੀ ਤਾਂ 12 ਤੋਂ ਮੁਕੰਮਲ ਤੌਰ 'ਤੇ ਹੜਤਾਲ ਕੀਤੀ ਜਾਏਗੀ। ਇਹ ਵੀ ਚੇਤਾਵਨੀ ਦਿੱਤੀ ਗਈ ਹੈ। ਸੋ ਇੱਥੇ ਜਿਸ ਦੇ ਨਾਲ ਸਰਕਾਰੀ ਡਾਕਟਰਾਂ ਨੇ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ। 11 ਸਤੰਬਰ ਨੂੰ ਸਰਕਾਰ ਦੇ ਨਾਲ ਮੀਟਿੰਗ ਕਰਾਂਗੇ, ਇਹ PCMS ਐਸੋਸੀਏਸ਼ਨ ਦਾ ਕਹਿਣਾ ਹੈ। ਔਰ ਕਿਹਾ ਕਿ ਜੇ ਮੀਟਿੰਗ ਬੇਸਿੱਟਾ ਰਹੀ, ਕੋਈ ਹੱਲ ਨਾ ਨਿਕਲਿਆ, ਤਾਂ ਫਿਰ 12 ਤਰੀਕ ਤੋਂ ਮੁਕੰਮਲ ਤੌਰ 'ਤੇ ਹੜਤਾਲ ਕਰਨ ਦਾ ਵੀ ਐਲਾਨ ਕੀਤਾ ਗਿਆ। ਫਿਲਹਾਲ ਪੜਾਵਾਰ ਜਿਹੜੀ ਹੈ 3 ਦਿਨਾਂ ਤੱਕ ਇਹ ਹੜਤਾਲ ਹੋਣੀ ਹੈ, ਲੇਕਿਨ 12 ਤਰੀਕ ਨੂੰ ਜੋ ਮੀਟਿੰਗ ਹੋਣੀ ਹੈ ਉਸ 'ਤੇ ਨਜ਼ਰਾਂ ਟਿੱਕੀਆਂ ਹੋਈਆਂ ਨੇ। ਔਰ ਇੱਥੇ ਡਾਕਟਰਸ ਵੱਲੋਂ PCMS ਐਸੋਸੀਏਸ਼ਨ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਕਿ ਜੇ ਕੋਈ ਹੱਲ ਨਾ ਨਿਕਲਿਆ ਤਾਂ ਫਿਰ ਅੱਗੇ ਹੜਤਾਲ ਜਿਹੜੀ ਹੈ ਅਣਮਿੱਥੇ ਸਮੇਂ ਦੀ ਵੀ ਕੀਤੀ ਜਾ ਸਕਦੀ ਹੈ। ਰਵਿੰਦਰ ਮੀਤ ਤੋਂ ਅਪਡੇਟ ਲੈਂਦੇ ਹਾਂ। ਰਵਿੰਦਰ, ਜਿਸ ਨਾਲ ਸਰਕਾਰੀ ਡਾਕਟਰਾਂ ਨੇ ਅੱਜ ਪੜਾਵਾਰ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ, ਕੀ ਕੁਛ ਮੁੱਖ ਮੰਗਾਂ ਨੇ ਜਿਸ ਦੇ ਚੱਲਦਿਆਂ ਇਹ ਹੜਤਾਲ ਕੀਤੀ ਜਾ ਰਹੀ ਹੈ? ਬਿਲਕੁਲ, ਦੇਖੋ ਮੰਗਾਂ ਕਾਫੀ ਦਿਨਾਂ ਤੋਂ ਲਗਾਤਾਰ ਪ੍ਰਸ਼ਾਸਨ ਦੇ ਨਾਲ ਡਿਸਕਸ ਹੋ ਰਹੀਆਂ ਨੇ। ਸਿਹਤ ਮੰਤਰੀ ਦੇ ਨਾਲ ਕਈ ਵਾਰ ਮੀਟਿੰਗ ਹੋ ਚੁੱਕੀ ਹੈ, ਇਸ ਤੋਂ ਇਲਾਵਾ ਹੈਲਥ ਸੈਕਟਰੀ ਦੇ ਨਾਲ ਵੀ ਮੀਟਿੰਗਾਂ ਹੋ ਚੁੱਕੀਆਂ ਨੇ। ਮੀਟਿੰਗਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਅੱਜ ਤੋਂ ਜਿਹੜੀ ਹੜਤਾਲ ਹੈਗੀ ਆ ਉਹ 3 ਘੰਟਿਆਂ ਦੀ ਜਾਰੀ ਰਹੇਗੀ। ਹਾਲਾਂਕਿ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਹੜਤਾਲ ਰਹਿਣੀ ਹੈ, ਅਤੇ ਰਜਿਸਟ੍ਰੇਸ਼ਨ ਕਾਊਂਟਰ ਜਿਹੜੇ ਹੈਗੇ ਨੇ ਉਹ ਵੀ ਬੰਦ ਰਹਿਣਗੇ। ਤਸਵੀਰਾਂ 6 ਫੇਸ ਮੋਹਾਲੀ ਸਿਵਲ ਹੋਸਪਿਟਲ ਦੀਆਂ ਦਿਖਾ ਦਿੰਦੇ ਹਾਂ, ਜਿੱਥੇ ਲੰਬੀਆਂ ਕਤਾਰਾਂ ਹੁਣੇ ਤੋਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਗਈਆਂ ਨੇ। ਤਾਂ ਇਹ ਤਸਵੀਰ ਹੈ ਸਿਵਲ ਹੋਸਪਿਟਲ ਮੋਹਾਲੀ, ਤਾਂ ਜਿੱਥੇ ਸਵੇਰੇ ਕਿਉਂਕਿ ਰਜਿਸਟ੍ਰੇਸ਼ਨ ਕਰਾਉਣੀ ਹੁੰਦੀ ਹੈ, ਸਲਿੱਪ ਲੈਣੀ ਹੁੰਦੀ ਹੈ, ਤਾਂ ਉਸਦੇ ਲਈ ਲੋਕ ਪਹੁੰਚਣਾ ਸ਼ੁਰੂ ਹੋ ਜਾਂਦੇ, ਤਾਂ ਲੋਕਾਂ ਨੂੰ ਹਾਲੇ ਤੀਕਰ ਲੱਗ ਰਿਹਾ ਕਿ ਪਤਾ ਹਾਲੇ ਤੀਕਰ ਨਹੀਂ ਹੈਗਾ ਕਿ ਹੜਤਾਲ ਚੱਲ ਰਹੀ ਹੈ। ਹਾਲਾਂਕਿ ਇਹ ਹੜਤਾਲ 9 ਤਰੀਕ ਤੋਂ ਲੈ ਕੇ 11 ਤਰੀਕ ਤੱਕ ਰਹੇਗੀ, 3 ਦਿਨਾਂ ਦੀ, 3 ਘੰਟਿਆਂ ਦੇ ਲਈ। ਉਸ ਤੋਂ ਬਾਅਦ 12 ਤਰੀਕ ਨੂੰ ਦੂਸਰੇ ਪੜਾਅ ਦੀ ਹੜਤਾਲ ਸ਼ੁਰੂ ਹੋ ਜਾਣੀ ਹੈ। ਦੂਸਰੇ ਪੜਾਅ ਦੇ ਵਿੱਚ ਫੁੱਲ ਟਾਈਮ ਹੜਤਾਲ ਇਹ ਰਹੇਗੀ, ਅਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹ ਹੜਤਾਲ ਦਾ ਫੈਸਲਾ ਲਿਆ ਜਾਣਾ ਕਿ ਆਖਿਰਕਾਰ ਹੜਤਾਲ ਕਿਸ ਤਰੀਕੇ ਦੀ ਰੱਖਣੀ ਆ ਅੱਗੇ। ਲੇਕਿਨ 11 ਤਰੀਕ ਨੂੰ ਸਬ ਕਮੇਟੀ ਦੇ ਨਾਲ ਮੀਟਿੰਗ ਹੋਣੀ ਆ। ਸਬ ਕਮੇਟੀ ਦੇ ਨਾਲ ਜਦੋਂ ਮੀਟਿੰਗ ਹੋਏਗੀ ਉਹਦੇ ਵਿੱਚ ਦੇਖਿਆ ਜਾਏਗਾ ਕਿ ਸਰਕਾਰ ਕਿਸ ਤਰੀਕੇ ਦਾ ਜਸਟਰ ਬਣਾਉਂਦੀ ਆ, ਕਿ ਮੰਗਾਂ 'ਤੇ ਮੰਗਾਂ ਜਿਹੜੀਆਂ ਹੈਗੀਆਂ ਉਹ ਮੰਨਣ ਲਈ ਤਿਆਰ ਹੈ ਜਾਂ ਨਹੀਂ ਤਿਆਰ ਹੈ। ਹੁਣ ਮੰਗਾਂ ਕੀ ਹੈਗੀ, ਮੰਗਾਂ ਜਿਹੜੀਆਂ ਹੈਗੀਆਂ ਨੇ, ਸਭ ਤੋਂ ਪਹਿਲਾਂ ਤਾਂ ਡਾਕਟਰਾਂ ਦੀ ਜਿਹੜੀ ਸਿਕਿਉਰਿਟੀ ਉਹ ਜਿਹੜੀ ਪੁਖਤਾ ਕੀਤੀ ਜਾਵੇ, ਉਹਦੇ ਲਈ ਕੋਈ ਇੰਤਜ਼ਾਮ ਕੀਤੇ ਜਾਣ। ਦੂਸਰੀ ਮੰਗ ਹੈ ਕਿ 55% ਡਾਕਟਰਾਂ ਦੀਆਂ ਅਸਾਮੀਆਂ ਹਰ ਸਾਲ ਡਾਕਟਰ ਰਿਟਾਇਰ ਹੁੰਦੇ ਨੇ, ਕੁਛ ਅਸਤੀਫੇ ਦੇ ਜਾਂਦੇ, ਉਸ ਤੋਂ ਬਾਅਦ ਵੀ ਪੋਸਟਾਂ ਭਰੀਆਂ ਨਹੀਂ ਜਾਂਦੀਆਂ। ਤਾਂ ਬਿਲਕੁਲ ਇੱਥੇ ਜਿਸ ਦੇ ਨਾਲ ਇਹ ਤੰਗਾਂ ਨੇ ਰਵਿੰਦਰ, ਉਸ ਨੂੰ ਲੈ ਕੇ ਯਕੀਨਨ ਜਿਹੜੀ ਖੱਜਲ ਖੁਆਰੀ ਹੈ ਉਹ ਮਰੀਜ਼ਾਂ ਦੀ ਹੁੰਦੀ ਹੈ, ਜਿਹੜੀ ਕਿ ਇੱਥੇ ਲੰਮੀਆਂ ਕਤਾਰਾਂ ਲਗਾ ਕੇ ਖੜੇ ਹੁੰਦੇ ਨੇ ਇਲਾਜ ਲਈ, ਕਿਉਂਕਿ ਪਹਿਲਾਂ ਹੀ ਪਰੇਸ਼ਾਨ ਨੇ, ਬਿਮਾਰ ਨੇ, ਆਪਣੀ ਬਿਮਾਰੀ ਦਾ ਇਲਾਜ ਕਰਾਉਣ ਲਈ ਦੂਰ ਦੁਰਾਡੇ ਤੋਂ ਇੱਥੇ ਹਸਪਤਾਲ, ਸਰਕਾਰੀ ਹਸਪਤਾਲਾਂ 'ਚ ਪਹੁੰਚਦੇ ਨੇ। ਲੇਕਿਨ ਉੱਥੋਂ ਦੀ ਇਹ ਜਿਹੜੀ ਹੜਤਾਲ ਹੈ ਯਕੀਨਨ ਬੜੀ ਵੱਡੀ ਮੁਸ਼ਕਿਲ ਖਾਸ ਤੌਰ 'ਤੇ ਮਰੀਜ਼ਾਂ ਲਈ ਖੜੀ ਕਰਦੀ ਹੈ। ਬਿਲਕੁਲ, ਦੇਖੋ ਮਰੀਜ਼ ਜਿਹੜੇ ਹੈਗੇ ਆ ਬੜੇ ਪਰੇਸ਼ਾਨ ਹੁੰਦੇ ਨੇ। ਗੱਲਬਾਤ ਮਰੀਜ਼ਾਂ ਨਾਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ, ਕਿਉਂਕਿ ਅਲਟੀਮੇਟ ਦੀ ਤਾਂ ਲੋਕ ਪਰੇਸ਼ਾਨ ਹੁੰਦੇ ਨੇ। ਹਾਲਾਂਕਿ ਜਿਹੜੀਆਂ ਮੰਗਾਂ ਹੈਗੀਆਂ ਬੜੀਆਂ ਜੈਨੂਇਨ ਮੰਗਾਂ ਹੈਗੀਆਂ ਨੇ, ਜਿਹੜੀ ਐਸੋਸੀਏਸ਼ਨ ਹੈ PCS
ਜਿਹੜੀ ਐਸੋਸੀਏਸ਼ਨ ਆ ਉਹਨਾਂ ਵੱਲੋਂ ਇਹ ਮੰਗਾਂ ਰੱਖੀਆਂ ਗਈਆਂ। ਲੋਕ ਬੜੇ ਪਰੇਸ਼ਾਨ ਨੇ ਇਹਨਾਂ ਗੱਲਬਾਤ ਕਰਦੇ ਆ ਕਿ ਨਹੀਂ ਹੋ ਰਹੀ ਆ ਮਲੇਰਕੋਟ ਦੇ ਤੇ। ਅੱਛਾ, ਕਿੰਨੀ ਕੁ ਪਰੇਸ਼ਾਨੀ ਹੋ ਰਹੀ, ਕਿਉਂ ਕਾਊਂਟਰ ਤੱਕ ਦਿੱਕਤ ਇਹੀ ਹੈ ਵੀ ਕਹਿੰਦੇ ਜੋ ਪੀਟੀ ਹੈ ਨਹੀਂ ਜੀ, ਨੋਟਿਸ ਲਾਇਆ ਉਹਨਾਂ ਦਾ ਵੀ, ਪਰਚੀ ਕੱਟ ਨਹੀਂ ਰਹੀ, ਇਸ ਕਰਕੇ ਥੋੜ੍ਹਾ ਵੇਟ ਕਰ ਰਹੇ ਕਿ ਪਰਚੀ ਕੱਟਣ ਲੱਗ ਜਾਣਗੇ। ਪਰਚੀ ਤਾਂ ਕੱਟਣੀ ਨਹੀਂ, ਐਲਾਨ ਕੀਤਾ ਗਿਆ। ਗੱਲਬਾਤ ਹੋਰ ਵੀ ਜਿਹੜੇ ਇੱਥੇ ਆਏ ਹੋਏ ਨੇ ਮਰੀਜ਼, ਉਹਨਾਂ ਨਾਲ ਗੱਲਬਾਤ ਕਰਦੇ, ਕਿੱਥੋਂ ਆਏ ਹੋ ਜੀ ਤੁਸੀਂ? ਹਾਂਜੀ, ਇੱਥੇ ਖਰੜ ਤੋਂ ਆਏ ਜੀ। ਅੱਛਾ, ਅਤੇ ਕਿਵੇਂ ਲਾਈਨਾਂ ਦੇ ਵਿੱਚ ਲੱਗੇ, ਕੋਈ ਦਿੱਕਤ ਪਰੇਸ਼ਾਨੀ ਹੋ ਰਹੀ ਹੈ, ਕਿਉਂਕਿ ਅੱਜ ਖੁੱਲ੍ਹਣੀ ਨਹੀਂ ਓਪੀਡੀ? ਦਿੱਕਤ ਹੋ ਗਿਆ ਤਾਂ ਹੋਸਪਿਟਲ ਆਏ ਜੀ। ਠੀਕ ਹੈ ਜੀ, ਦਿਖਾਉਣਾ ਸੀਗਾ। ਅੱਛਾ, ਹਾਂਜੀ, ਇਹਨਾਂ ਗੱਲਬਾਤ ਕਰਦੇ ਹਾਂ। ਸਰਦਾਰ ਜੀ, ਕਿਵੇਂ, ਕਿੱਥੋਂ ਆਏ ਜੀ ਤੁਸੀਂ? ਬਲੌਂਗੀ ਤੋਂ ਜੀ। ਅੱਛਾ, ਅੱਜ ਦਿੱਕਤ ਪਰੇਸ਼ਾਨੀ ਆ ਰਹੀ ਹੈ? ਦਿੱਕਤ ਆ ਰਹੀ ਜੀ, ਕਿਆ ਕਰੇ, ਓਪੀਡੀ ਖੁੱਲ੍ਹਣੀ ਨਹੀਂ ਅੱਜ। ਅੱਛਾ ਜੀ, ਪਤਾ ਸੀਗਾ ਕੋਈ ਗੱਲਬਾਤ? ਨਾ ਜੀ, ਪਤਾ ਨਹੀਂ ਸੀ। ਤਾਂ ਹੜਤਾਲ ਜਿਹੜੀ ਹੈਗੀ ਆ, ਕਈ ਮਰੀਜ਼ ਜਿਹੜੇ ਆ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਹੜਤਾਲ ਅੱਜ ਹੋਣੀ ਆ। ਤੁਸੀਂ ਕਿੱਥੋਂ ਆਏ ਹੋ ਜੀ? ਖਰੜ ਤੋਂ ਆਏ। ਪਤਾ ਸੀਗਾ ਹੜਤਾਲ? ਨਹੀਂ ਪਤਾ ਨਹੀਂ, 6:30 ਵਜੇ ਤੇ ਖੜੇ ਆ। ਆਈ ਤਾਂ ਚੀਜ਼ ਹੈਗੀ ਜਿਹੜੀ ਸਾਨੂੰ ਪਤਾ ਨਹੀਂ ਹੈਗੀ। ਮੈਂ ਮਿਊਂਸੀਪਲ ਕਾਰਪੋਰੇਸ਼ਨ ਤੇ ਕੰਮ ਕਰਦਾ ਸੂਰਜ ਪਲਾਂਟ ਤੇ। ਜਨਾਬ, ਮੇਰੀ 6:30 ਵਜੇ ਦੀ ਡਿਊਟੀ ਹੈਗੀ। ਮੈਂ ਇੱਥੇ ਆ ਕੇ ਬੈਠਿਆ ਵਾਂ, ਮੈਂ ਤਾਂ ਦੇਖਦਾ ਜੀ ਹੁਣ ਪਰਚੀਆਂ ਕੱਟ ਜਾਵੇ, ਦਵਾਈ ਤਾਂ ਜਦ ਮਰਜ਼ੀ ਆਪਾਂ ਲੈ ਲੂੰਗੇ। ਮੋਢੇ 'ਤੇ ਦਰਦ ਹੈਗੀ ਜੀ ਸਰ, ਹਜੇ ਤੱਕ ਨਾ ਤਾਂ ਸਾਨੂੰ ਕੁਛ ਪਤਾ ਲੱਗਿਆ। ਇਹ ਸਿਕਿਉਰਟੀ ਜਿਹੜੇ ਆਪਣੇ ਨੇ, ਇਹ ਇਹਨਾਂ ਨੇ ਵੀ ਕੁਛ ਨਹੀਂ ਦੱਸਿਆ, ਉਹਨਾਂ ਨੂੰ ਵੀ ਹੁਣ ਪਤਾ ਲੱਗਿਆ ਜੀ। ਜੀ ਜਗਤਾਰਾ ਕਲੋਨੀ ਬੜਾ ਮਾਜਰਤ ਵਾ, ਮਹਿੰਦਰ ਸਿੰਘ। ਅੱਛਾ, ਪਰੇਸ਼ਾਨੀ ਕਿੰਨੀ ਕੁ ਹੋ ਰਹੀ ਹੈ ਤੁਹਾਨੂੰ ਇਸ ਤਰੀਕੇ ਨਾਲ, ਕਿਉਂਕਿ 3 ਦਿਨਾਂ ਦੀ ਰਹਿਣੀ ਕਿ ਲੰਬੀ ਚੱਲਣੀ ਹੈ? ਪਰੇਸ਼ਾਨੀ ਤਾਂ ਹੋ ਰਹੀ, ਇੱਕ ਵਾਰ ਦੱਸਣਾ ਚਾਹੀਦਾ ਇਹਨਾਂ ਨੂੰ ਵੀ ਹੜਤਾਲ ਹੈਗੀ, ਲਿਖ ਕੇ ਲਾਉਣਾ ਚਾਹੀਦਾ ਕਿਤੇ। ਪੱਕਾ ਪੱਕਾ ਤਾਂ ਪਤਾ ਨਹੀਂ ਕਿਸੇ ਨੂੰ ਵੀ 6:30 ਵਜੇ ਦੇ ਖੜੇ ਹਾਂ ਅਸੀਂ। ਤੁਸੀਂ ਕਿੱਥੋਂ ਆਏ? ਮੋਹਾਲੀ ਪਿੰਡ 'ਚ ਆਏ ਸਰ। ਕੀ ਦਿੱਕਤ ਆ ਰਹੀ ਹੈ? ਡਾਇਬਟੀਜ਼ ਕੀ ਪ੍ਰੋਬਲਮ ਹੈ, ਕੋਲੇਸਟ੍ਰੋਲ ਬੜਾ ਹੁਆ ਹੈ। ESI ਤੋਂ ਰੈਫਰ ਕੀਤਾ ਕਿ 6 ਫੇਸ ਤੋਂ ਜਾ ਕੇ ਦਿਖਾ ਕੇ ਤੁਸੀਂ ਦਵਾਈ ਜਲਦੀ ਸ਼ੁਰੂ ਕਰੋ, ਨਹੀਂ ਤਾਂ ਪ੍ਰੋਬਲਮ ਔਰ ਧੀਰੇ ਧੀਰੇ ਬੜ ਸਕਦਾ। ਇੱਧਰ ਆ ਕੇ ਆਪਣਾ ਪਰਚਾ ਲੱਗਿਆ ਹੁਆ, ਬਸ ਇਸ ਪਰਚੇ 'ਤੇ ਕੋਈ ਡੇਟ ਨਹੀਂ ਹੈ ਕਿ ਹੜਤਾਲ ਹੈਗੀ, ਮੰਗਾਂ ਲਿਖੀਆਂ ਹੋਈਆਂ। ਇਹ ਦੇਖੋ ਤੁਸੀਂ, ਲੋਕ ਪਰੇਸ਼ਾਨ ਜ਼ਰੂਰ ਹੋ ਰਹੇ ਨੇ ਇਸ ਐਕਟ ਤੋਂ, ਕਿਉਂਕਿ ਮੰਗਾਂ ਜਿਹੜੀਆਂ ਡਾਕਟਰਾਂ ਦੀ ਹੈਗੀਆਂ ਉਹਨੂੰ ਲੈ ਕੇ ਕਈ ਵਾਰ ਚਰਚਾ ਹੋ ਚੁੱਕੀ ਆ। ਹਾਲਾਂਕਿ ਜਿਹੜੀ ਐਸੋਸੀਏਸ਼ਨ ਆ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਅਸੀਂ ਵਾਰ ਵਾਰ ਇਸ ਚੀਜ਼ ਬਾਰੇ ਜਾਣੂ ਜਿਹੜਾ ਹੈਗਾ ਲੋਕਾਂ ਨੂੰ ਕਰਵਾ ਰਹੇ ਹਾਂ, ਲੇਕਿਨ ਜਦੋਂ ਇਸ ਤਰੀਕੇ ਨਾਲ ਲੋਕ ਲਾਈਨਾਂ ਦੇ ਵਿੱਚ ਲੱਗ ਜਾਣ ਅਤੇ ਉਹਨਾਂ ਨੂੰ ਆ ਕੇ ਪਤਾ ਚੱਲੇ ਕਿ ਅੱਜ ਹੜਤਾਲ ਹੈਗੀ ਆ, ਅਤੇ ਹੜਤਾਲ ਵੀ ਕੋਈ 1 ਦਿਨ ਦੀ ਨਹੀਂ, ਕਈ ਦਿਨ ਲੰਬੀ ਚੱਲਣੀ ਹੈ, ਤਾਂ ਉਦੋਂ ਜ਼ਾਹਿਰ ਤੌਰ 'ਤੇ ਦੁਖੀ ਪਰੇਸ਼ਾਨ ਤਾਂ ਹੁੰਦੇ ਨੇ। ਕਿੱਥੋਂ ਆਏ ਹੋ ਜੀ? ਚਟੌਲੀ ਪਿੰਡ। ਕਿੰਨੀ ਕੁ ਦਿੱਕਤ ਪਰੇਸ਼ਾਨੀ ਆ ਰਹੀ ਹੈ? ਪਰੇਸ਼ਾਨੀ ਕਾਫੀ ਆ ਰਹੀ ਹੈ, ਡੈਡੀ ਦੀਆਂ ਰਿਪੋਰਟਾਂ ਵਗੈਰਾ ਦਿਖਾਉਣੀ ਸੀਗੀ ਡਾਕਟਰ ਨੂੰ। ਹਾਂਜੀ, ਅਤੇ ਪਤਾ ਸੀਗਾ ਹੜਤਾਲ ਬਾਰੇ ਕੋਈ ਗੱਲ? ਨਹੀਂ, ਕੁਛ ਪਤਾ ਨਹੀਂ ਤਾ। ਹਾਂਜੀ, ਤਾਂ ਲੋਕ ਪਰੇਸ਼ਾਨ ਨੇ, ਤੁਸੀਂ ਕਿੱਥੋਂ ਆਏ ਹੋ ਜੀ? ਮੈਂ ਨੰਗਲ ਤੋਂ ਆਇਆ। ਨੰਗਲ ਤੋਂ ਬੜੀ ਦੂਰ ਤੋਂ ਆਏ? ਹਾਂਜੀ ਹਾਂਜੀ। ਖਾਸ ਇੱਥੇ ਦਵਾਈ ਲੈਣਾ, ਕੀ ਦਵਾਈ ਲੈਣਾ? ਮੇਰੇ ਪ੍ਰੋਬਲਮ ਹੈ ਥੋੜ੍ਹੀ ਜਿਹੀ। ਅੱਛਾ, ਹਾਂਜੀ ਹਾਂਜੀ। ਕਿੰਨੀ ਕੁ ਟਾਈਮ ਤੋਂ ਲੱਗਿਆ ਲੈਣਾ? ਮੈਂ ਹੁਣੇ ਆਇਆ ਥੋੜ੍ਹੀ ਦੇਰ ਪਹਿਲਾਂ। ਹਾਂਜੀ, ਪਤਾ ਸੀਗਾ ਹੜਤਾਲ? ਨਹੀਂ, ਦੱਸਦਾ ਨਹੀਂ, ਮੈਨੂੰ ਪਤਾ ਸੀ ਵਾਪਸ ਮੁੜ ਕੇ ਜਾਣਾ ਪੈਣਾ। ਮੈਂ ਤਾਂ ਤੁਹਾਡੇ ਤੋਂ ਪਤਾ ਲੱਗ ਰਿਹਾ ਵੀ ਹੜਤਾਲ ਹੈ, ਮੈਨੂੰ ਤਾਂ ਪਤਾ ਨਹੀਂ ਅੱਜ ਹੜਤਾਲ ਹੈਗੀ ਆ। ਤਾਂ ਇਹ ਦੇਖੋ ਲੋਕ ਜਿਹੜੇ ਆ ਪਰੇਸ਼ਾਨ ਜ਼ਰੂਰ ਦਿਖ ਰਹੇ ਨੇ, ਕਿਉਂਕਿ ਇਸ ਤਰੀਕੇ ਨਾਲ ਜਦੋਂ ਆਉਂਦੇ ਨੇ ਤਾਂ ਲੋਕ ਉਹਨਾਂ ਨੂੰ ਪਤਾ ਲੱਗਦਾ ਕਿ ਹੜਤਾਲ ਹੈ, ਤਾਂ ਜ਼ਾਹਿਰ ਤੌਰ 'ਤੇ ਲੋਕਾਂ ਦੀ ਪਰੇਸ਼ਾਨੀ ਵੱਧ ਜਾਂਦੀ ਹੈ। ਕੋਈ ਮਹਿਲਾਵਾਂ ਵੀ ਇਹ ਨਾਲ ਗੱਲਬਾਤ ਕਰਦੇ ਆ। ਕਿੱਥੋਂ ਆਏ ਹੋ ਜੀ ਤੁਸੀਂ? ਨਾਲਾਗੜ੍ਹ ਤੋਂ ਆਏ। ਕਿੱਥੋਂ? ਨਾਲਾਗੜ੍ਹ। ਨਾਲਾਗੜ੍ਹ ਤੋਂ ਬਹੁਤ ਦੂਰ ਤੋਂ ਆਏ ਤੁਸੀਂ? ਹਾਂਜੀ। ਪਤਾ ਸੀਗਾ ਹੜਤਾਲ ਦਾ? ਨਹੀਂ ਪਤਾ ਸੀਗਾ ਤੁਹਾਨੂੰ? ਨਹੀਂ ਸਰ, ਪਤਾ ਨਹੀਂ ਸੀਗਾ ਸਾਨੂੰ ਹੜਤਾਲ ਦਾ, ਪਤਾ ਨਹੀਂ ਸੀਗਾ। ਹਾਂ, ਹੜਤਾਲ ਦਾ ਪਤਾ ਨਹੀਂ, ਸਲਿੱਪ ਵੀ ਨਹੀਂ ਬਣਨੀ ਇੱਥੇ? ਬਣਨੀ ਨਹੀਂ ਆ ਜੀ, ਨਹੀਂ ਬਣਨੀ। ਕਿੰਨੀ ਦੇਰ ਹੋ ਗਈ ਲਾਈਨਾਂ 'ਚ ਲੱਗੇ?
8 ਵਜੇ ਆਮ ਤੌਰ ਤੇ ਖੁੱਲਦੀ ਆ ਇਹ ਰਜਿਸਟ੍ਰੇਸ਼ਨ ਕਾਊਂਟਰ ਦੇ ਉੱਤੇ ਜਿਹੜੀ ਸਲਿੱਪ ਬਣਨ ਸ਼ੁਰੂ ਹੁੰਦੀ ਆ। ਤੁਸੀਂ ਕਿੱਥੋਂ ਆਏ ਜੀ? ਮਟੌਰ ਸੇ। ਕਿੰਨੀ ਕੁ ਪਰੇਸ਼ਾਨੀ ਹੋ ਰਹੀ ਅੱਜ? ਲੈਣ ਤੇ ਲੱਗੇ ਹੋਏ ਆ ਪਰ ਸਲਿੱਪ ਨਹੀਂ ਬਣਨੀ ਇੱਥੇ। ਪਰੇਸ਼ਾਨੀ ਬੇਟੀ ਨੂੰ ਚੱਕਰ ਆ ਰਹੇ, ਆਮ ਖੜਾ ਨਾ ਹੋ ਜਾ ਰਿਹਾ ਇਸੇ। ਅੱਛਾ, ਖੜਾ ਨਹੀਂ ਹੋ ਰਿਹਾ। ਟਾਂਗੇ ਦਰਦ ਕਰ ਰਹੀ ਹੈ, ਖਾ ਰਹੀ, ਉਲਟੀ ਕਰ ਰਹੀ ਹੈ। ਤੁਸੀਂ ਕਿੱਥੋਂ ਆਏ ਜੀ? ਮੁਹਾਲੀ ਸੇ। ਮੁਹਾਲੀ। ਪਤਾ ਸੀਗਾ ਵੀ ਹੜਤਾਲ ਹੋਣੀ ਅੱਜ? ਨਹੀਂ, ਮਾਲੂਮ ਨਹੀਂ। ਲੋਕਾਂ ਨੂੰ ਜਾਣਕਾਰੀ ਨਹੀਂ ਸੀਗੀ, ਇਹਦੇ ਕਰਕੇ ਦਿੱਕਤਾਂ ਥੋੜੀਆਂ ਜ਼ਿਆਦਾ ਆ ਰਹੀਆਂ, ਕਿਉਂਕਿ ਇਹ 3 ਦਿਨਾਂ ਦੀ ਹੜਤਾਲ ਹੈ। ਕੱਲ੍ਹ ਵੀ ਇਸੇ ਤਰੀਕੇ ਦੀ ਰਹਿਣੀ ਹੈ, ਪਰਸੋਂ 11 ਤਰੀਕ ਤੱਕ ਇਹ ਹੜਤਾਲ ਰਹੇਗੀ। ਉਸ ਤੋਂ ਬਾਅਦ ਇੱਕ ਸਬ ਕਮੇਟੀ ਦੇ ਨਾਲ ਪੰਜਾਬ ਸਰਕਾਰ ਦੀ ਨਾਲ ਮੀਟਿੰਗ ਹੋਏਗੀ, PCMS ਦੇ ਜਿਹੜੇ ਐਸੋਸੀਏਸ਼ਨ ਹੈ। ਉਸ ਤੋਂ ਬਾਅਦ ਫੈਸਲਾ ਲਿਆ ਜਾਏਗਾ ਕਿ ਅੱਗੇ ਦੀ ਹੜਤਾਲ ਕਿਵੇਂ ਕੰਟੀਨਿਊ ਰੱਖਣੀ ਆ ਜਾਂ ਫਿਰ ਇਹਦੇ ਵਿੱਚ ਕੋਈ ਰਿਲੈਕਸੇਸ਼ਨ ਦੇਣੀ ਆ। ਜੀ ਬਿਲਕੁਲ, ਇੱਥੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ, ਆ ਕੇ ਪਤਾ ਚੱਲ ਰਿਹਾ ਹੈ ਜਾਂ ਮੀਡੀਆ ਦੇ ਜ਼ਰੀਏ ਉਹਨਾਂ ਨੂੰ ਜਾਣਕਾਰੀ ਮਿਲ ਰਹੀ ਹੈ ਰਵਿੰਦਰ, ਲੇਕਿਨ ਕਿਆ ਕੋਈ ਅਧਿਕਾਰੀ ਇੱਥੇ ਮੌਜੂਦ ਨੇ ਜੋ ਇਹਨਾਂ ਨੂੰ ਕੋਈ ਜਾਣ, ਕਿਉਂਕਿ ਲਾਈਨਾਂ ਤਾਂ ਹਾਲੇ ਵੀ ਲਗਾ ਕੇ ਬੈਠੇ ਹੋਏ ਨੇ ਮਰੀਜ਼। ਬਿਲਕੁਲ, ਦੇਖੋ ਲਾਈਨਾਂ ਲੰਬੀਆਂ, ਇੱਕ ਵਾਰ ਲਾਈਨ ਲੰਬੀ ਜ਼ਰੂਰ ਦਿਖਾ ਦਿਓ, ਮੈਂ ਕਹੂੰਗਾ ਕੈਮਰਾਮੈਨ ਤੁਲਸੀ ਨੂੰ ਲੰਬੀ ਲਾਈਨ ਜ਼ਰੂਰ ਦਿਖਾ ਦਿਓ। ਇਹ ਆਸ ਪਾਸ ਸਾਰੇ ਜਿਹੜੀ ਜਗ੍ਹਾ ਹੈਗੀ ਆ ਉਹ ਭਰੀ ਪਈ ਆ, ਇੱਥੇ ਲਾਈਨਾਂ ਲੰਬੀਆਂ, ਲੋਕ ਸਾਈਡ 'ਤੇ ਬੈਠੇ ਹੋਏ ਨੇ, ਜਿਨ੍ਹਾਂ ਨੂੰ ਆਸ ਮੁੱਕ ਗਈ ਆ, ਉਮੀਦ ਮੁੱਕ ਗਈ ਆ, ਉਹ ਸਾਈਡ 'ਤੇ ਜਾ ਕੇ ਬੈਠ ਗਏ ਨੇ ਕਿ ਅੱਜ ਸਲਿੱਪ ਨਹੀਂ ਬਣਨੀ ਜਾਂ OPD 11 ਵਜੇ ਤੋਂ ਬਾਅਦ, ਹਾਲਾਂਕਿ ਖੁੱਲ੍ਹ ਜਾਣੀ ਆ 11 ਵਜੇ ਤੋਂ ਬਾਅਦ, ਜ਼ਰੂਰ ਦਵਾਈਆਂ ਦਿੱਤੀਆਂ ਜਾਣਗੀਆਂ ਮਰੀਜ਼ਾਂ ਨੂੰ, ਲੇਕਿਨ ਜਿਹੜਾ ਅਧਿਕਾਰੀ ਆ ਕੋਈ ਵੀ ਇੱਥੇ ਮੌਜੂਦ ਨਹੀਂ, ਜਾਣਕਾਰੀ ਦੇਣ ਵਾਲਾ ਕੋਈ ਵੀ ਇੱਥੇ ਵਿਅਕਤੀ ਮੌਜੂਦ ਨਹੀਂ ਹੈਗਾ ਜੋ ਜਾਣਕਾਰੀ ਮਰੀਜ਼ਾਂ ਨੂੰ ਦੇ ਸਕੇ, ਖੱਜਲ ਖੁਆਰੀ ਤੋਂ ਬਚਾ ਸਕੇ। ਇੰਨੀ ਖੱਜਲ ਖੁਆਰੀ ਜਦੋਂ ਦੂਰ ਦੂਰ ਤੋਂ ਲੋਕ ਨਾਲਾਗੜ੍ਹ ਤੋਂ, ਨੰਗਲ ਤੋਂ ਜਾਂ ਹੋਰ ਬਲਾਚੌਰ ਤੋਂ ਇੰਨੀ ਦੂਰੋਂ ਦੂਰੋਂ ਜਦੋਂ ਇੱਥੇ ਪੇਸ਼ੈਂਟ ਆਉਂਦੇ ਹੋਣ, ਤਾਂ ਉਹਨਾਂ ਨੂੰ ਅੱਗੇ ਪਤਾ ਲੱਗੇ ਕਿ ਹੜਤਾਲ ਹੈ ਅਤੇ ਜਾਣਕਾਰੀ ਵੀ ਕਿਸੇ ਨੂੰ ਨਾ ਦਿੱਤੀ ਜਾਵੇ, ਤਾਂ ਜ਼ਾਹਿਰ ਤੌਰ 'ਤੇ ਪਰੇਸ਼ਾਨੀ ਦਾ ਸਬੱਬ ਜ਼ਰੂਰ ਬਣਦਾ। ਤਾਂ ਇੱਥੇ ਦੇਖੋ ਕੋਈ ਅਧਿਕਾਰੀ ਨਹੀਂ, ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੀ ਕਿ ਅਸੀਂ ਦੱਸ ਦਈਏ ਇਹਨਾਂ ਮਰੀਜ਼ਾਂ ਨੂੰ ਜਿਹੜੇ ਲਾਈਨਾਂ 'ਚ ਲੱਗੇ ਕਿ ਅੱਜ OPD ਨਹੀਂ ਖੁੱਲ੍ਹਣੀ। ਉਹਦੇ ਨਾਲ ਦਿੱਕਤ ਤਾਂ ਜ਼ਾਹਿਰ ਤੌਰ 'ਤੇ ਆਉਂਦੀ ਹੈ, ਪਰੇਸ਼ਾਨ ਮਰੀਜ਼ ਹੁੰਦਾ, ਕਿਉਂਕਿ ਮਰੀਜ਼ ਤਾਂ ਹੀ ਇੱਥੇ ਆਉਂਦਾ ਕਿ ਉਹਦੀ ਪਰੇਸ਼ਾਨੀ ਦੂਰ ਹੋ ਜੇ, ਲੇਕਿਨ ਜਦੋਂ ਇੱਥੇ ਆ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਇੱਥੇ ਅੱਜ ਮੈਡੀਸਨ ਨਹੀਂ ਮਿਲਣੀ ਜਾਂ ਮਰੀਜ਼ ਦਾ ਚੈੱਕਅਪ OPD ਨਹੀਂ ਖੁੱਲ੍ਹਦੀ, ਤਾਂ ਉਹਦੇ ਨਾਲ ਪਰੇਸ਼ਾਨੀ ਹੋਰ ਦੁੱਗਣੀ ਹੋ ਜਾਂਦੀ ਹੈ। ਤਸਵੀਰਾਂ ਇੱਕ ਵਾਰ ਦਿਖਾ ਦਿਓ ਜੀ, ਕਿਉਂਕਿ ਕਾਫੀ ਇੰਪੋਰਟੈਂਟ ਹੁੰਦਾ। ਬਿਲਕੁਲ, ਔਰ ਇੱਥੇ ਰਵਿੰਦਰ ਹਾਲਾਤ ਇਹ ਨੇ ਕਿ ਸਿਰਫ ਇੱਕ ਦਿਨ ਦੀ ਹੜਤਾਲ ਨਹੀਂ ਹੈ, ਹਲੇ ਹੜਤਾਲ ਅੱਗੇ 2 ਦਿਨ ਹੋਰ ਵੀ ਜਾਰੀ ਰਹਿਣੀ ਆ। 12 ਤਰੀਕ ਦੀ ਮੀਟਿੰਗ ਤੋਂ ਬਾਅਦ ਫੈਸਲਾ ਹੋਏਗਾ ਕਿ ਅਗਾਂਹ ਜਾਰੀ ਰਹੇਗੀ ਜਾਂ ਫਿਰ ਇਹ ਹੜਤਾਲ ਮੁਕੇਗੀ। ਸੋ ਅਜੇ ਵਿਚਕਾਰ ਬੜਾ ਜ਼ਰੂਰੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਸਰਕਾਰ ਵੀ ਲਏ, ਉੱਥੇ ਹਸਪਤਾਲ ਪ੍ਰਸ਼ਾਸਨ ਵੱਲੋਂ ਵੀ ਮਰੀਜ਼ਾਂ ਨੂੰ ਇਤਲਾਹ ਕੀਤੀ ਜਾਏ, ਜਾਣਕਾਰੀ ਉਹਨਾਂ ਤੱਕ ਪਹੁੰਚਾਈ ਜਾਏ ਕਿ OPD ਸੇਵਾਵਾਂ ਜਿਹੜੀਆਂ ਨੇ ਉਹ ਬੰਦ ਰਹਿਣੀਆਂ ਨੇ। ਬਿਲਕੁਲ, ਦੇਖੋ ਡਾਕਟਰਸ ਵੱਲੋਂ ਜੋ ਐਸੋਸੀਏਸ਼ਨ ਆ ਉਹਨਾਂ ਵੱਲੋਂ ਤਾਂ ਵਾਰ ਵਾਰ ਇਹ ਦੱਸਿਆ ਜਾਂਦਾ ਕਿ ਅਸੀਂ ਹੜਤਾਲ 'ਤੇ ਜਾ ਰਹੇ ਹਾਂ, ਇਹ 1 ਮਹੀਨੇ ਪਹਿਲਾਂ ਦਾ ਪ੍ਰੋਸੈਸ ਹੈ, ਲੇਕਿਨ ਸਰਕਾਰ ਦੀ ਜ਼ਿੰਮੇਵਾਰੀ ਕਿੱਥੇ ਹੈ? ਜਿਹੜੀ ਸਰਕਾਰ ਇਹ ਗੱਲਬਾਤ ਕਹਿੰਦੀ ਹੈ ਕਿ ਅਸੀਂ ਸਿਹਤ ਸਹੂਲਤਾਂ ਬੈਸਟ ਦਿੰਦੇ ਹਾਂ, ਸਾਨੂੰ ਅਮੈਰੀਕਾ ਤੱਕ ਫੋਲੋ ਕਰਦਾ, ਸਾਨੂੰ ਅਮੈਰੀਕਾ ਸਾਡੇ ਮਾਡਲ ਜਿਹੜਾ ਆ ਕੇ ਸਟੱਡੀ ਕਰਦਾ, ਤਾਂ ਫਿਰ ਉਹ ਸਰਕਾਰ ਦੇ ਵਿੱਚ ਜਦੋਂ ਇੱਥੇ ਕੋਈ ਜ਼ਿੰਮੇਦਾਰ ਵੀ ਨਾ ਹੋਵੇ, ਮਰੀਜ਼ਾਂ ਨੂੰ ਦੱਸਣ ਵਾਲਾ ਵੀ ਨਾ ਹੋਵੇ ਕਿ ਅੱਜ ਹੜਤਾਲ ਹੈਗੀ ਹੈ, ਤੁਸੀਂ ਅੱਜ ਇੱਥੋਂ ਚਲੇ ਜਾਓ ਜਾਂ ਪਹਿਲਾਂ ਦੱਸਿਆ ਜਾਵੇ ਕਿ ਤੁਸੀਂ ਨਾ ਆਇਓ, ਤਾਂ ਉਸ ਪੱਧਰ ਦੇ ਉੱਤੇ ਪਰੇਸ਼ਾਨੀ ਜਦੋਂ ਹੋਵੇ ਤਾਂ ਫਿਰ ਜ਼ਿੰਮੇਦਾਰ ਕੌਣ ਹੈਗਾ, ਸਹਿਜੇ ਤੌਰ 'ਤੇ ਅੰਦਾਜ਼ਾ ਲਗਾਇਆ ਜਾ ਸਕਦਾ। ਤਸਵੀਰਾਂ ਨਾਲ ਨਾਲ ਦਿਖਾ ਦਿਓ, ਦੇਖੋ ਆਸ ਪਾਸ ਕਿਵੇਂ ਲੋਕ ਇੱਥੇ ਬੈਠੇ ਹੋਏ ਨੇ, ਬੱਚੇ ਨਾਲ ਉਹਨਾਂ ਨੇ ਉਹਨਾਂ ਦੇ ਹੈਗੇ ਨੇ, ਬਜ਼ੁਰਗ ਨੇ, ਕਈਆਂ ਤੋਂ ਖੜਿਆ ਵੀ ਨਹੀਂ ਜਾ ਰਿਹਾ, ਤਾਂ ਉਹ ਫਿਰ ਵੀ ਇੱਥੇ ਇਸ ਉਮੀਦ ਦੇ ਵਿੱਚ ਖੜੇ ਹੋਏ ਨੇ ਕਿ ਰਜਿਸਟ੍ਰੇਸ਼ਨ ਸ਼ੁਰੂ ਹੋਏਗੀ। ਹਾਲਾਂਕਿ 8 ਵਜੇ ਸ਼ੁਰੂ ਹੋ ਜਾਂਦੀ ਹੈ, ਜੇ ਹੋਣੀ ਹੁੰਦੀ ਤਾਂ ਹੋ ਜਾਂਦੀ, ਹੁਣ ਕਰੀਬ 8:11 ਹੋ ਚੁੱਕੇ ਨੇ, ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਹਾਲੇ ਵੀ ਕੋਈ ਦੱਸਣ ਪੁੱਛਣ ਵਾਲਾ ਹੈ ਨਹੀਂ, ਕੋਈ ਜਾਣਕਾਰੀ।
ਬਿਲਕੁਲ ਕੋਈ ਜਾਣਕਾਰੀ ਨਹੀਂ ਹੈ। ਖੱਜਲ ਖੁਆਰੀ ਜਿਹੜੀ ਹੈ ਮਰੀਜ਼ਾਂ ਦੀ ਲਗਾਤਾਰ ਹੋ ਰਹੀ ਹੈ, ਤੁਸੀਂ ਲਗਾਤਾਰ ਬੜੇ ਰਹੋ। ਰਵਿੰਦਰ ਸਾਡੇ ਨਾਲ ਨਵੀਨ ਸ਼ਰਮਾ ਵੀ ਲੁਧਿਆਣਾ ਤੋਂ ਜੁੜ ਚੁੱਕੇ ਨੇ। ਨਵੀਨ, ਅੱਜ ਸਰਕਾਰੀ ਡਾਕਟਰਾਂ ਨੇ ਹੜਤਾਲ ਦੀ ਜਿਹੜੀ ਕਾਲ ਦਿੱਤੀ ਹੈ, 3 ਦਿਨ ਦੀ ਇਹ ਜਿਹੜੀ ਕਾਲ ਦਿੱਤੀ ਗਈ, 8 ਤੋਂ 11 ਵਜੇ ਤੱਕ OPD ਸੇਵਾਵਾਂ ਬੰਦ ਰਹਿਣਗੀਆਂ। ਇੱਕ ਵਾਰ ਫਿਰ ਮਰੀਜ਼ਾਂ ਦੀ ਸਭ ਤੋਂ ਜ਼ਿਆਦਾ ਖੱਜਲ ਖੁਆਰੀ ਕੀ ਕੁਛ ਫਿਲਹਾਲ ਇੱਥੇ ਦੀ ਤਸਵੀਰ ਹੈ? ਦੇਖੋ ਰਾਜਾ, ਪੂਰੇ ਪੰਜਾਬ ਦੇ ਵਿੱਚ ਚਾਹੇ ਆਪਾਂ ਕਿਸਾਨਾਂ ਦੀ ਗੱਲ ਕਰੀਏ, ਅਧਿਆਪਕਾਂ ਦੀ ਗੱਲ ਕਰੀਏ, ਡਾਕਟਰ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਅਸੀਂ ਹੜਤਾਲ ਤੇ ਵੇਖੇ ਗਏ, ਔਰ ਅਸੀਂ ਇੱਕ ਇਹ ਵੀ ਖਬਰ ਨਸ਼ਰ ਕੀਤੀ ਸੀ ਕਿ ਜਦੋਂ ਕੋਈ ਮਰੀਜ਼ ਆਉਂਦਾ ਸੀ ਡਾਕਟਰਾਂ ਦੇ ਕੋਲ ਤਾਂ ਇੱਕ ਪਫਲੈਂਟ ਉਹਨਾਂ ਨੂੰ ਦਿੱਤਾ ਜਾਂਦਾ ਸੀ, ਜਿਸ ਦੇ ਵਿੱਚ ਡਾਕਟਰਾਂ ਦੀਆਂ ਮੰਗਾਂ ਲਿਖੀਆਂ ਹੁੰਦੀਆਂ ਸੀ। ਇੱਕ ਇਸ਼ਤਿਹਾਰ ਛਾਪਿਆ ਹੋਇਆ ਸੀ ਡਾਕਟਰਾਂ ਨੇ, ਜਦੋਂ ਮਰੀਜ਼ OPD ਦੇ ਵਿੱਚ ਜਾਂਦਾ ਸੀ ਤਾਂ ਸਰਕਾਰੀ ਡਾਕਟਰ ਉਸਨੂੰ ਇੱਕ ਇਸ਼ਤਿਹਾਰ ਦਿੰਦਾ ਸੀ। ਇਸ਼ਤਿਹਾਰ ਦੇ ਵਿੱਚ ਉਸਦੀਆਂ ਮੰਗਾਂ ਸੀ, ਕਿਉਂਕਿ ਇੱਕ ਨਵੇਕਲੇ ਤਰੀਕੇ ਦੇ ਨਾਲ ਡਾਕਟਰ ਰੋਸ ਜ਼ਾਹਰ ਕਰ ਰਿਹਾ ਸੀ। ਪਰ ਅੱਜ ਜਿਹੜੀ ਹੜਤਾਲ ਹੈ, ਕਿਉਂਕਿ ਅੱਜ 9 ਤਰੀਕ ਹੈ ਔਰ ਅੱਜ ਦਾ ਦਿਨ ਜਿਹੜਾ ਡਾਕਟਰਾਂ ਨੇ ਮਿੱਥਿਆ ਹੋਇਆ ਸੀ ਕਿ ਅੱਜ ਦੇ ਦਿਨ ਡਾਕਟਰ ਹੜਤਾਲ ਤੇ ਜਾਣਗੇ। ਮੰਗਾਂ ਕਈ ਤਰ੍ਹਾਂ ਦੀਆਂ ਨੇ। ਪਹਿਲੀਆਂ ਮੰਗਾਂ ਇਹ ਨੇ ਕਿ ਡਾਕਟਰਾਂ ਦੀ ਭਰਤੀ ਹੋਵੇ, ਡਾਕਟਰਾਂ ਦੀ ਜਿਹੜੀ ਕਪੈਸਿਟੀ ਹੈ ਹਸਪਤਾਲਾਂ ਦੇ ਵਿੱਚ ਉਹ ਸਭ ਤੋਂ ਘੱਟ ਹੈ, ਕਿਉਂਕਿ ਜਦੋਂ ਮਰੀਜ਼ ਸਰਕਾਰੀ ਹਸਪਤਾਲਾਂ ਦੇ ਜਾਂਦੇ ਨੇ, ਕਿਉਂਕਿ ਉਹਨਾਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਹੈ, ਡਾਕਟਰਾਂ ਦੀ ਗਿਣਤੀ ਘੱਟ ਹੁੰਦੀ ਹੈ ਔਰ ਮਰੀਜ਼ਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ। ਸਭ ਤੋਂ ਪਹਿਲੇ ਤਾਂ ਡਾਕਟਰ ਇਹ ਕਹਿੰਦੇ ਨੇ ਕਿ ਮਰੀਜ਼ਾਂ ਦੀ ਜਿਹੋ ਜਿਹੀ ਗਿਣਤੀ ਹੈ, ਡਾਕਟਰਾਂ ਦੀ ਭਰਤੀ ਜ਼ਿਆਦਾ ਹੋਣੀ ਚਾਹੀਦੀ ਹੈ, ਕੱਚਾ ਜਿਹੜਾ ਨਰਸਿੰਗ ਸਟਾਫ ਹੈ ਉਸ ਨੂੰ ਪੱਕਾ ਕੀਤਾ ਜਾਵੇ। ਔਰ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਮੰਗਾਂ ਨੇ ਡਾਕਟਰਾਂ ਨੇ, ਜਿਹੜੇ ਹਸਪਤਾਲ ਦਾ ਜਿਹੜੀ ਬਿਲਡਿੰਗ ਹੈ ਚਾਹੇ ਹਸਪਤਾਲ ਦੇ ਜਿਹੜੇ ਵਿਵਸਥਾ ਉਹ ਕਾਫੀ ਖਰਾਬ ਹੈ, ਔਰ ਇਸੇ ਨੂੰ ਲੈ ਕੇ ਡਾਕਟਰਾਂ ਨੇ ਜਿਹੜਾ ਇਸ਼ਤਿਹਾਰ ਮਰੀਜ਼ਾਂ ਨੂੰ ਆਪਣੇ OPD ਦੀ ਪਰਚੀ ਦੇ ਨਾਲ ਦਿੱਤਾ ਸੀ, ਜਿਸ ਦੇ ਵਿੱਚ ਡਾਕਟਰ ਦਵਾਈਆਂ ਲਿਖਦੇ ਸੀ, ਉਹ ਦਵਾਈਆਂ ਦੇ ਨਾਲ ਇੱਕ ਇਸ਼ਤਿਹਾਰ ਦੇਣਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਮਰੀਜ਼ ਹੈ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਔਰ ਇਹ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ। ਪਹਿਲੇ ਮੈਂ ਉਹ ਤਸਵੀਰਾਂ ਸਾਂਝੀਆਂ ਕਰਦਾ, ਮੈਂ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਹਾਂ ਔਰ ਤੁਸੀਂ ਦੇਖ ਹੀ ਰਹੇ ਹੋ ਕਿ ਪੂਰਾ ਜਿਹੜਾ ਮਾਹੌਲ ਹੈ, ਕਿਉਂਕਿ ਇਸ ਵੇਲੇ ਪੂਰੀ ਤਰ੍ਹਾਂ ਜਿਹੜਾ ਮਾਹੌਲ ਹੁੰਦਾ ਹਸਪਤਾਲ ਦੇ ਵਿੱਚ, ਜਿਹੜੇ ਮਰੀਜ਼ ਹੁੰਦੇ ਨੇ ਉਹ ਇੱਥੇ ਰਸ਼ ਕਾਫੀ ਹੁੰਦਾ। ਮੈਂ OPD ਦੀਆਂ ਤਸਵੀਰਾਂ ਵੀ ਵਿਖਾਉਣ ਦੀ ਕੋਸ਼ਿਸ਼ ਕਰਾਂਗੇ, OPD ਦਾ ਕੀ ਹਾਲ ਹੈ। ਡਾਕਟਰ, ਕਿਉਂਕਿ 8 ਵਜੇ ਦਾ ਟਾਈਮ ਹੁੰਦਾ ਹਸਪਤਾਲ ਦੇ ਵਿੱਚ ਡਾਕਟਰਾਂ ਦੇ ਪਹੁੰਚਣ ਦਾ, 8 ਤੋਂ 2 ਵਜੇ ਤੱਕ ਸਿਵਲ ਹਸਪਤਾਲ ਜਿਹੜਾ ਹੈ ਉਹ ਖੁੱਲਿਆ ਰਹਿੰਦਾ। ਪਰ ਇਸ ਵੇਲੇ ਜਿਹੜੀ ਤਸਵੀਰ ਹੈ, ਕਿਉਂਕਿ ਸਾਹਮਣੇ ਦਵਾਈਆਂ ਮਿਲਦੀਆਂ ਨੇ, ਦਵਾਈਆਂ ਤੁਸੀਂ ਦੇਖ ਰਹੇ ਹੋ ਕਿ ਇਹ ਡਿਸਪੈਂਸਰੀ ਜ਼ਰੂਰ ਖੁੱਲੀ ਹੈ ਦਵਾਈਆਂ ਦੀ, ਪਰ ਅੰਦਰ ਡਾਕਟਰ ਹੈਗੇ ਕਿ ਨਹੀਂ ਹੈਗੇ ਉਹ ਵੇਖਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਜਿਹੜੇ ਮਰੀਜ਼ ਹੈ, ਕਿਉਂਕਿ ਉਹਨਾਂ ਨੂੰ ਵੀ ਨਹੀਂ ਪਤਾ ਕਿ ਅੱਜ ਹੜਤਾਲ ਹੈ, ਅੱਜ ਡਾਕਟਰ ਹੜਤਾਲ ਤੇ ਨੇ, ਕਿਉਂਕਿ ਮਰੀਜ਼ਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਅਗਰ ਡਾਕਟਰ ਹੜਤਾਲ ਕਰਦੇ ਰਹੇ ਤਾਂ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਹੜੇ ਮਰੀਜ਼ ਹੈ ਉਹ ਖੱਜਲ ਖੁਆਰ ਜ਼ਰੂਰ ਹੁੰਦੇ ਰਹਿਣਗੇ। ਦਵਾਈਆਂ ਦੀ ਗੱਲ ਕਰੀਏ ਤਾਂ ਦਵਾਈਆਂ ਦੀ ਡਿਸਪੈਂਸਰੀ ਜ਼ਰੂਰ ਖੁੱਲੀ ਹੈ ਔਰ ਅੰਦਰ ਜਿਹੜੀ OPD ਦਾ ਹਾਲ ਇੱਕ ਵਾਰੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ। OPD ਦੇ ਵਿੱਚ ਡਾਕਟਰ ਨਹੀਂ ਪਹੁੰਚੇ ਪਰ ਕਤਾਰਾਂ ਜ਼ਰੂਰ ਲੱਗੀਆਂ ਹੋਣੀਆਂ। ਜਿਹੜੇ ਮਰੀਜ਼ ਹੈ ਉਹ ਕਤਾਰਾਂ ਦੇ ਵਿੱਚ ਲੱਗੇ ਹੋਣੇ ਆ, ਉਹਨਾਂ ਨੂੰ ਪਤਾ ਹੀ ਨਹੀਂ ਕਿ ਡਾਕਟਰਾਂ ਨੇ ਆਉਣਾ ਕਿ ਨਹੀਂ ਆਉਣਾ, ਡਾਕਟਰਾਂ ਨੇ ਉਹਨਾਂ ਦਾ ਇਲਾਜ ਕਰਨਾ ਕਿ ਨਹੀਂ ਕਰਨਾ। ਪਰ ਹੁਣ ਜਿਹੜਾ ਅੰਦਰ ਦੀਆਂ ਤਸਵੀਰਾਂ ਦਿਖਾ ਰਿਹਾ, ਸਾਹਮਣੇ ਜਿਹੜੀ ਵਿੰਡੋ ਹੈ ਉੱਥੇ ਪਰਚੀ ਕੱਟੀ ਜਾਂਦੀ ਹੈ ਔਰ ਜਿਹੜੀ OPD ਹੈ ਉਸ ਦੇ ਅੰਦਰ ਜਿਹੜੇ ਡਾਕਟਰ ਹੈ ਉਹ ਨਹੀਂ ਆਏ, ਕਿਉਂਕਿ ਇਹ ਤਸਵੀਰਾਂ ਤੋਂ ਸਾਫ਼ ਪਤਾ ਲੱਗਦਾ, ਕਿਉਂਕਿ ਇੱਥੇ ਰਸ਼ ਬਹੁਤ ਹੁੰਦਾ ਸਵੇਰੇ 8 ਵਜੇ। ਬਿਲਕੁਲ, ਹੁਣ ਇਹ ਤਸਵੀਰ ਸਾਫ਼ ਹੈ ਕਿ ਡਾਕਟਰ ਹੜਤਾਲ ਤੇ ਨੇ, OPD ਦੇ ਬਾਹਰ ਮਰੀਜ਼ ਇੰਤਜ਼ਾਰ ਕਰ ਰਹੇ ਨੇ, ਇਹ OPD ਦੀਆਂ ਤਸਵੀਰਾਂ ਨੇ। ਕੋਈ ਵੀ ਡਾਕਟਰ ਇੱਥੇ ਮੌਜੂਦ ਨਹੀਂ ਹੈ, ਕਿਉਂਕਿ ਅਗਰ ਡਾਕਟਰ ਮੌਜੂਦ ਨਹੀਂ ਰਹੇਗਾ ਤਾਂ ਜਿਹੜੇ ਸਵੇਰੇ ਸਵੇਰੇ ਮਰੀਜ਼ ਹੈ ਉਹ ਇੰਤਜ਼ਾਰ ਕਰਦੇ ਜ਼ਰੂਰ ਵੇਖੇ ਜਾਣਗੇ। ਇਹ ਮਰੀਜ਼ ਬੈਠੇ ਨੇ ਇੰਤਜ਼ਾਰ ਕਰ ਰਹੇ ਨੇ ਡਾਕਟਰਾਂ ਦਾ, ਇਹੀ ਹਾਲ ਸਰਕਾਰੀ ਹਸਪਤਾਲਾਂ ਦਾ ਅੱਜ ਸਾਰਾ ਦਿਨ
ਬਿਲਕੁਲ, ਸਿਰਫ ਅੱਜ ਹੀ ਨਹੀਂ ਅਗਲੇ ਦੋ ਦਿਨ ਵੀ ਇਸੇ ਤਰ੍ਹਾਂ ਦੀ ਤਸਵੀਰ ਦੇਖਣ ਨੂੰ ਮਿਲੇਗੀ, ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹੜਤਾਲ ਤੇ ਸਰਕਾਰੀ ਡਾਕਟਰ ਨੇ 3 ਦਿਨ ਦੀ ਹੜਤਾਲ ਦੀ ਕਾਲ ਦਿੱਤੀ ਹੈ। ਯਕੀਨਨ ਮਰੀਜ਼ ਪਰੇਸ਼ਾਨ, ਔਰ ਇੱਥੇ ਵੱਡੀ ਜ਼ਿੰਮੇਵਾਰੀ ਸਰਕਾਰ ਦੀ, ਹਸਪਤਾਲ ਪ੍ਰਸ਼ਾਸਨ ਦੀ ਬਣਦੀ ਹੈ, ਮਰੀਜ਼ਾਂ ਨੂੰ ਘੱਟੋ ਘੱਟ ਜਿਹੜੀ ਇਨਫੋਰਮੇਸ਼ਨ ਸਹੀ ਤਰੀਕੇ ਨਾਲ ਪਹੁੰਚੇ। ਬਹੁਤ ਬਹੁਤ ਸ਼ੁਕਰੀਆ ਨਵੀਨ। ਰਵਿੰਦਰ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਤਸਵੀਰ ਔਰ ਜਾਣਕਾਰੀ ਦੇ ਲਈ। ਸੋ ਅੱਜ ਸਰਕਾਰੀ ਡਾਕਟਰਾਂ ਦੀ ਜੋ ਇਹ ਹੜਤਾਲ ਹੈ, ਔਰ 3 ਦਿਨੀ ਪੜਾਵਾਰ ਇਹ ਜਿਹੜੀ OPD ਸੇਵਾਵਾਂ ਬੰਦ ਰਹਿਣਗੀਆਂ, 12 ਤਰੀਕ ਨੂੰ ਜਿਹੜੀ ਮੀਟਿੰਗ ਹੈ ਉਸ 'ਤੇ ਸਭ ਦੀ ਨਜ਼ਰ ਰਹੇਗੀ। ਸੋ ਅੱਜ ਤੋਂ ਸਰਕਾਰੀ ਡਾਕਟਰਾਂ ਦੀ ਇਹ ਹੜਤਾਲ ਹੈ, ਪੜਾਵਾਰ ਜਿਹੜੀ ਹੜਤਾਲ ਕੀਤੀ ਜਾਏਗੀ। ਦੂਜਾ ਪੜਾਅ 12 ਤੋਂ 15 ਸਤੰਬਰ ਜਿਹੜਾ ਹੈ ਤੈਅ ਕੀਤਾ ਗਿਆ। ਬਹਰਹਾਲ 12 ਤਰੀਕ ਨੂੰ ਮੀਟਿੰਗ 'ਤੇ ਸਭ ਦੀ ਨਜ਼ਰ ਜ਼ਰੂਰ ਰਹੇਗੀ।